ਵੇਖੋ ਇਹਨਾਂ ਦਾ ਤੇ ਮੇਰਾ ਇਹੋ ਜਿਹਾ ਸੁਭਾਅ ਨਹੀਂ ਆ ਵੀ ਅਸੀਂ ਬਹੁਤਾ ਕੋਈ ਬੋਲੀਏ ਤੇ ਨਾ ਅਸੀਂ ਅੱਜ ਤੱਕ ਬੋਲੇ ਹੀ ਆ, ਪਰ ਜਦੋਂ ਹੁਣ ਗੱਲ ਇੱਥੋਂ ਤੱਕ ਪਹੁੰਚ ਗਈ ਆ ਤੇ ਫਿਰ ਨਿਬੇੜਾ ਤੇ ਤੁਹਾਨੂੰ ਕਰਨਾ ਪੈਣਾ ਵਾ। ਨਹੀਂ ਗੱਲ ਬਰਾਬਰ ਦੀ ਨਹੀਂ ਨਾ, ਬਰਾਬਰ ਕਰਨੀ ਪੈਣੀ ਤੁਹਾਨੂੰ, ਤੁਸੀਂ ਅੱਜ ਤੱਕ ਬਰਾਬਰ ਕੁਛ ਕੀਤਾ ਨਹੀਂ ਗਾ। ਚੁੱਪ ਹੀ ਆ ਮੈਂ ਚੁੱਪ ਹੀ ਆ। ਨਹੀਂ ਦੀਦੀ ਤੁਸੀਂ ਤੇ ਚੁੱਪ ਹੀ ਕਰ ਜਾਓ। ਦੀਦੀ ਦੀਦੀ ਮੈਂ ਅੱਜ ਤੱਕ ਬੋਲੀ ਨਹੀਂ, ਪਰ ਫਿਰ ਤੁਸੀਂ ਹੁਣ ਮੈਨੂੰ ਬੋਲਣ ਤੇ ਮਜਬੂਰ ਕਰਨ ਡਏ। ਨਹੀਂ ਪਿਛਲੀ ਵਾਰ ਕੀ ਹੋਇਆ ਸੀ ਮੈਨੂੰ ਦੱਸੋ ਹਾਂ ਤੂੰ। ਜਦੋਂ ਭਾਪਾ ਜੀ ਹੁਣਾਂ ਨੇ ਜਾਣਾ ਸੀਗਾ ਬਾਜ਼ਾਰ, ਤੁਹਾਨੂੰ ਲੈ ਕੇ ਗਏ, ਤੁਹਾਡੇ ਬੱਚਿਆਂ ਨੂੰ ਲੈ ਕੇ ਗਏ, ਮੇਰੇ ਬੱਚਿਆਂ ਨੂੰ ਨਹੀਂ ਕਿਸੇ ਨੇ ਪੁੱਛਿਆ। ਚੁੱਪ ਰਹੀ ਆ, ਨਹੀਂ ਤੁਸੀਂ ਚੁੱਪ ਕਰ ਜਾਓ, ਤੁਸੀਂ ਚੁੱਪ ਕਰ ਜਾਓ, ਮੈਨੂੰ ਪਤਾ ਵਾ। ਨਹੀਂ ਫਿਰ ਇਹ ਨਹੀਂ ਬਰਾਬਰ ਦੀ ਗੱਲ ਹੈਗੀ, ਫਿਰ ਰਹਿਣ ਦੋ, ਚੱਲ ਜਾਂਦੇ ਫਿਰ ਤੇ ਕੋਈ ਮਤਲਬ ਹੀ ਨਹੀਂ। ਚਲੋ ਚੱਲੀਏ। ਨਹੀਂ ਠੀਕ ਹੈ, ਕੋਈ ਗੱਲ ਨਹੀਂ, ਚਲੋ ਚੱਲੀਏ ਆ ਜਾਓ। ਨਹੀਂ ਫਿਰ ਜੇ ਦੁਕਾਨਾਂ ਉਹਨਾਂ ਨੂੰ ਦੇ ਦਿੱਤੀਆਂ ਤਾਂ ਫਿਰ ਸਾਡੇ ਪੱਲੇ ਕੀ ਪੈ ਗਿਆ, ਇਹਨੇ ਕਿ ਨਾ ਅਸੀਂ ਕੀ ਕਰਨਾ ਵਾ। ਨਹੀਂ ਮੈਂ ਕਦੋਂ ਬੋਲਣ ਡਈ ਤਾਂ ਮੇਰੇ ਮੈਂ ਬਦਨਾਮ ਕੀਤੀ ਵੀ ਇਹ ਬੋਲਦੀ ਆ, ਮੈਂ ਤਾਂ ਬੋਲੀ ਨਹੀਂ ਗੀ। ਦੁਕਾਨਾਂ ਉਹਨਾਂ ਨੂੰ ਦੇ ਦਿਓ ਤੇ ਦੁਕਾਨਾਂ 'ਚ ਜਿਹੜੀਆਂ ਟੋਫੀਆਂ ਨੇ ਤੇ ਉਹ ਸਾਨੂੰ ਦੇ ਦਿਓ, ਉਹ ਮੈਂ ਖਾ ਕੇ ਤੇ ਮੇਰੇ ਬੱਚੇ ਜੀ ਗੁਜ਼ਾਰਾ ਕਰ ਲੈਣਗੇ ਉਹਨਾਂ ਨਾਲ। ਨਹੀਂ ਠੀਕ ਹੈ ਉੱਠੋ ਜੀ, ਅਸੀਂ ਚੱਲਦੇ, ਕੋਈ ਗੱਲ ਨਹੀਂ, ਅਸੀਂ ਰਹਿ ਲਾਂਗੇ, ਅਸੀਂ ਬਾਹਰ ਰਹਿ ਲਾਂਗੇ, ਅਸੀਂ ਸੜਕ ਤੇ ਰਹਿ ਲਾਂਗੇ, ਤੁਸੀਂ ਵੇਖ ਲਓ, ਤੁਸੀਂ ਇਹਨਾਂ ਨੂੰ ਰੱਖ ਲਓ, ਆਹੋ ਜੀ ਚਲੋ ਚੱਲੀਏ, ਚਲੋ ਨਿਆਣੇ। ਜੇ ਅਸੀਂ ਬਹਿਣ ਤੋਂ ਪਹਿਲਾਂ ਆਖਿਆ ਸੀਗਾ ਵੀ ਜੇ ਗੱਲ ਸਹੀ ਕਰਨੀ ਆ ਤੇ ਫਿਰ ਬਿਹੋ, ਤਾਂ ਇਹ ਚੁੱਕਦੇ ਆ ਮੇਰੀ ਸ਼ਰਾਬ ਦਾ ਫਾਇਦਾ, ਮੈਂ ਚੁੱਪ ਰਹੀ ਨਹੀਂ ਆ ਨਾ ਤਾਂ ਕਰਕੇ ਐਂ ਕਰਦੇ ਆ। ਜਿਹੜਾ ਮੈਂ ਅੱਜ ਤੱਕ ਬੋਲੀ ਨਹੀਂ, ਇਹਨਾਂ ਨੂੰ ਪਤਾ ਵੀ ਇਹਦੇ ਭੋਲੀ ਆ, ਇਹਨੇ ਕੀ ਕਹਿਣਾ ਵਾ ਹਨਾ, ਮਨ ਮਰਜ਼ੀਆਂ ਕਰੋ। ਨਹੀਂ ਪਰ ਨਾ ਗਲਤ ਕੀਤਾ ਤੁਸੀਂ ਇੱਥੇ, ਚੱਲ ਪੁੱਤ ਚੱਲੀਏ ਆਪਾਂ।